ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਤਾਂ ਸੱਜਣੋ, ਅੱਜ ਦੀ ਵੀਡੀਓ ਬਣਾਉਣ ਜੇ ਗੱਲਬਾਤ ਕਰ ਲਈਏ, ਆਪਾਂ ਪਹੁੰਚੇ ਆ ਬਰਨਾਲੇ, ਸੇਖਾ ਰੋਡ ਤੇ ਪਹੁੰਚੇ ਆ, ਬਾਈ ਜੱਗੀ ਕੋਲੇ ਪਹੁੰਚੇ ਹੋਏ ਆ। ਬੱਛੀਆਂ ਦੋ ਦਿਖਾਵਾਂਗੇ, ਦੂਜਾ ਦੂਜਾ ਸੂਆ ਦੋਨੇ ਹਫਤਾ ਹਫਤਾ ਕੱਢਦੀਆਂ, ਤੇ ਇੱਕ ਤਾਂ ਹੈਗੀ ਆ ਪਿਓਰ ਸਾਹੀਵਾਲ ਦੇ ਵਿੱਚ, ਇੱਕ ਹੈਗੀ ਆ ਜਰਸੀ ਤੇ ਸਾਹੀਵਾਲ ਦਾ ਕ੍ਰੋਸ, ਕਿਉਂਕਿ ਸੱਜਣਾ ਦੀ ਡਿਮਾਂਡ ਹੁੰਦੀ ਆ ਵਿੱਚ ਵੀ ਆਪਾਂ ਨੂੰ ਸਾਹੀਵਾਲ ਚਾਹੀਦੀ ਆ ਜਾਂ ਜਰਸੀ ਤੇ ਸਾਹੀਵਾਲ ਦਾ ਕ੍ਰੋਸ ਚਾਹੀਦੀ ਆ। ਉਸੇ ਤਰਜ ਤੇ ਆਪਾਂ ਦੋਵੇਂ ਗਾਵਾਂ ਦੀ ਸਪੈਸ਼ਲ ਵੀਡੀਓ ਬੱਛੀਆਂ ਦੀ ਲੈ ਕੇ ਆਏ ਆ, ਠੰਡੀਆਂ ਸੀਲ ਨੇ ਤੇ ਬਾਕੀ ਬਾਈ ਨਾਲ ਕਰਾਉਂਦੇ ਆ ਜੱਗੀ ਨਾਲ ਗੱਲਬਾਤ, ਦੋਨਾਂ ਨੂੰ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਦੋਹਾਂ ਦਾ ਜਿਹੜਾ ਰੇਟ ਆ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ। ਤੇ ਆ ਜਾਓ, ਬਾਕੀ ਜੱਗੀ ਨਾਲ ਕਰਾਉਂਦੇ ਆ ਗੱਲਬਾਤ। ਆ ਜਾ ਜੱਗੀ ਲੰਘਿਆ, ਫਿਰ ਹੋਰ ਕਿਵੇਂ ਆ? ਠੀਕ ਹੈ ਜੀ, ਚੜ੍ਹਦੀ ਕਲਾ? ਸਤਿ ਸ਼੍ਰੀ ਅਕਾਲ ਜੀ, ਕਿਵੇਂ ਆ ਕੰਮ ਕਾਰ? ਕੰਮ ਕਾਰ ਪੂਰਾ ਟੌਪ ਆ ਜੀ, ਪੂਰਾ ਕੰਮ ਵਧੀਆ ਕਾਰ। ਬਾਈ ਕਹਿੰਦਾ ਲੋਟ ਚੱਲਦਾ, ਵਧੀਆ ਚੱਲਦਾ, ਦਿਆ ਬਾਬੇ ਨਾਨਕ ਦੀ ਪੂਰੀ ਕਿਰਪਾ ਜੀ। ਆ ਬੱਛੀ ਤੋਂ ਕਰ ਲਈਏ ਸ਼ੁਰੂ? ਹਾਂਜੀ ਹਾਂ, ਤੋੜ ਦੋ ਜੇ ਖੋਲ ਕੇ, ਇਧਰਲੇ ਬੰਨੇ ਲਿਆ ਗਿਆ ਜੀ, ਅਗਲੇ ਬੰਨੇ ਮਾਰ ਦਿਆ ਅੱਡਰ ਤੇ ਕੈਮਰਾ। ਸੂਆ ਕਿਹੜਾ ਬਾਈ ਇਹਦਾ? ਸੂਆ ਦੂਜਾ ਬਾਈ ਜੀ, ਦੂਜਾ ਸੂਆ। ਦਿਨ ਕਿੰਨੇ ਕੇ ਕੱਢ ਦੂ ਜੱਗੀ? ਇੱਕ ਹਫਤਾ ਬਾਕੀ ਹੈ ਜੀ। ਠੰਡੀ ਸੀਲ ਕਿਵੇਂ ਆ? ਮੈਂ ਕਿਹਾ ਜੀ ਬਰਫ ਆ ਜਮਾ। ਸੂਆ ਦੂਜਾ ਠੰਡੀ ਸੀਲ। ਬਾਈ ਕਹਿੰਦਾ ਫੁੱਲ ਆ ਤੇ ਕਲਰ ਕੁਲਰ ਵੀ ਬੜਾ ਸੋਹਣਾ ਆ ਗਿਆ ਵੱਛੀ ਦਾ, ਜੇ ਗੱਲਬਾਤ ਕਰ ਲਈਏ ਸੱਜਣੋ। ਬਿਲਕੁਲ ਨਵੇਂ ਹਾਣ ਦੇ ਵਿੱਚ ਆ ਗਈ ਤੇ ਸਿੰਘ ਕੋਈ ਤਿੱਖਾ ਨਹੀਂ ਹੈਗਾ, ਬਿਲਕੁਲ ਗੋਲਾ ਸਿੰਘ ਉੱਤੋਂ ਜਿਸ ਟਾਈਪ ਦਾ ਸਾਈ ਵਾਲ ਦੇ ਆਉਂਦਾ ਬਾਈ। ਕੁਆਲਿਟੀ ਕਬੂਲਟੀ ਟੌਪ ਆ ਗਈ, ਸੂਆ ਆ ਗਈ ਦੂਜਾ, ਕਿਉਂਕਿ ਕਈ ਸੱਜਣਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਸਾਈ ਵਾਲ ਦਾ ਬੱਚਾ ਚਾਹੀਦਾ, ਉਹ ਸਾਈ ਵਾਲ ਦਾ ਇਹ ਨਾਗ ਦਾ ਬੱਚਾ ਹੀ ਲਾ ਲਿਓ ਤੁਸੀਂ। ਮੈਂ ਕਿਹਾ ਜੀ ਪਿਓਰ ਸਾਈ ਵਾਲ ਆ, ਕਿਸੇ ਪਾਸੇ ਵੀ ਕਲਰ ਕੰਨੀ ਹੋ, ਕੁਆਲਿਟੀ ਕੰਨੀ ਹੋ, ਬੰਨ ਧੁੰਨ ਦਿਖਾ ਦਿਓ ਪੂਰੀ ਐਨ। ਤੇ ਬਾਕੀ ਇੱਥੇ ਇੱਥੇ ਅਸੀਂ ਘੁਮਾ ਦੇ, ਇੱਥੋਂ ਖੜਨੀ ਖੁੜਨੀ ਦਿਖਾ ਦੀ, ਇੱਥੇ ਇੱਥੇ ਰੋਕ ਕੇ ਬਾਈ। ਇਹ ਜਿਹੜੀ ਖੜਨੀ ਖੁੜਨੀ ਆ, ਖੜਨੀ ਖੁੜਨੀ ਵੀ ਵੱਛੀ ਦੀ ਵਾ ਕਮਾਲ ਦੀ ਆ, ਐਨ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਮੇਲਿਆਂ ਦੇ ਪਸ਼ੂ ਖੜਾਉਂਦੇ ਆ, ਉਹ ਗੱਲਬਾਤ ਆ। ਐਂ ਨੂੰ ਤੋਰ ਦੇ ਜੱਗੀ ਥੋੜੀ ਜਿਹੀ ਹੋਰ, ਐਂ ਨੂੰ ਚਲਾ ਕੇ ਦਿਖਾ ਦੇ, ਇੱਥੋਂ ਦਿਖਾ ਦੇ ਗੈਰੀ ਤੁਰਦੀ ਨੂੰ। ਇੱਕ ਹਫਤਾ ਕੱਢਦੀ ਆ ਬਾਈ, ਇਹਦਾ ਦੁੱਧ ਦਾ ਕੀ ਸੀਨ ਆ ਪਹਿਲੇ ਸੂਏ ਦਾ? ਇਹਦਾ 15 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਜੀ ਪਹਿਲਣ ਦਾ। ਹਾਂਜੀ। ਇਸ ਵਾਰੀ ਕਿੰਨਾ ਕੁ ਪਾ ਦੂਗੀ? ਐਸ ਕੀ ਮੌਸਮ ਵੀ ਵਧੀਆ ਗਾ ਮੂਰੇ ਜੀ, ਮਤਲਬ 17-18 ਕਿਲੋ ਦੀ ਉਮੀਦ ਹੈਗੀ ਆ ਜੀ। ਤੇ ਕੁਆਲਿਟੀਆਂ ਸਾਰੀਆਂ ਆ ਗਈਆਂ ਹਨਾ? ਹਾਂਜੀ ਹਾਂ। ਤੇ ਆ ਗਈ ਬਿਲਕੁਲ ਨਵੇਂ ਹਾਣ ਦੇ ਵਿੱਚ, ਬਿਲਕੁਲ ਨਵਾਂ ਹਾਣ ਆ ਜੀ। ਤੇ ਆ ਗਈ ਸੱਜਣੋ ਪਿਓਰ ਸਾਹੀਵਾਲ ਦੇ ਵਿੱਚ, ਰੰਗ ਰੂਪ ਤੋਂ ਲਾ ਲਈਏ, ਥਣ ਥਨੌਟ ਤੋਂ ਲਾ ਲਈਏ, ਬਾਕੀ ਆਰਡਰ ਆ ਜਿਹੜਾ, ਆਰਡਰ ਦੀ ਸ਼ੇਪ ਬਹੁਤ ਸੋਹਣੀ ਬਣਾਊਗੀ ਜਦੋਂ ਬੱਚੀ ਤਿਆਰ ਹੋਊ, ਜਿਵੇਂ ਆਪਾਂ ਕਹਿੰਦੇ ਨੇ ਫਾੜੀ ਵਾਲਾ ਆਰਡਰ, ਉਹ ਗੱਲਬਾਤ ਬਣਾਊ। ਬਹੁਤ ਸੋਹਣਾ ਆਰਡਰ ਤਿਆਰ ਕਰਨਾ ਜੀ। ਆ ਲਿਆ ਬਾਈ, ਲੈ ਆਏ ਨੂੰ ਮੋੜ ਲਿਆ, ਦਿਨ ਜ਼ਰੂਰ ਕੱਢ ਦੂ 7-8 ਬਾਈ ਹਨਾ? ਹਾਂ ਜੀ, ਆ ਦਿਨ 7-8 ਕੱਢ ਦੂਗੀ। ਆ ਗਈ ਪਿਓਰ ਸਾਹੀਵਾਲ ਦੇ ਵਿੱਚ ਤੇ ਆ ਗਈ ਬਿਲਕੁਲ ਬਾਈ ਨਵੇਂ ਹਾਣ ਦੇ ਵਿੱਚ। ਲੈ ਚੱਲ ਬਾਈ ਇਹਨੂੰ, ਆ ਹੌਲੀ ਹੌਲੀ ਲੈ ਚੱਲ ਇਹਨੂੰ। ਤੇ ਜਿਹੜਾ ਆਰਡਰ ਆ, ਆਰਡਰ ਤੁਹਾਨੂੰ ਦੱਸੂਗਾ ਵੀ ਜਦੋਂ ਇੱਕ ਹਫ਼ਤੇ ਤੱਕ ਇਹ ਤਿਆਰ ਕਰੂ ਜਿਹੜੀ ਝੋਲ ਆਰਡਰ ਦੇ ਵਿੱਚ। ਤੇ ਬਾਕੀ ਸ਼ੇਪ ਆਰਡਰ ਦੀ ਬਹੁਤ ਸੋਹਣੀ ਆ, ਤੇ ਥਾਣੇ ਨੂੰ ਲੱਗਿਆ ਸੱਜਣੋ ਮੁੱਠੀ ਦੀ ਚਬਾਈ ਵਾਲਾ। ਇਹਦਾ ਰੇਟ ਜੱਗੀ ਕੀ ਰਹੂਗਾ? ਇਹਦਾ ਰੇਟ ਆਪਾਂ ਜੇਲੋ ਹੀ ਰੱਖਾਂਗੇ ਜੀ, 55,000 ਰੁਪਈਆ। ਇਹਦਾ ਰੇਟ ਹੈਗਾ 55। ਕਿੰਨੇ ਦੀ ਹੋਜੂ ਫਿਕਸ ਜੀ ਜਮੀਨ? ਬਸ ਉਹਨੂੰ ਛੋੜ ਕਰ ਦਿਆਂਗੇ ਜੀ, ਆਏ ਬੰਦੇ ਦਾ ਮਾਨ ਤਾਨ ਕਰਕੇ ਦੇਵਾਂਗੇ। ਜਦੋਂ ਕੋਈ ਬੰਦਾ ਸ਼ੌਂਕੀ ਆ ਇਹਨੂੰ ਲੈਣ ਆਊਗਾ ਨਾ, ਹਾਂਜੀ, ਉਹ ਬੰਦੇ ਨੂੰ ਆਪਾਂ ਬੈਲਟ ਦੇ ਕੇ ਭੇਜਾਂਗੇ। ਐ ਨਹੀਂ ਹੈਗਾ ਵੀ ਆਏ ਬੰਦੇ ਨੂੰ ਮੋੜ ਦਿਆਂਗੇ। ਚੱਲ ਐਂ ਕਰ ਦਾਂਗੇ ਫਿਰ, 55 ਚ ਪਹੁੰਚ ਕਰ ਦਾਂਗੇ। ਪਹੁੰਚ ਆਏ ਬਾਈ, ਕਈ ਵਾਰ ਕੋਈ ਬਾਹਰਲਾ ਬੰਦਾ ਅਗਲਾ ਵੀਡੀਓ ਦੇ ਵਿੱਚ ਬੋਲਿਆ ਨਾ, ਫਿਰ ਗਲਤ ਹੋ ਜਾਂਦਾ। ਕਈ ਵਾਰ ਕੋਈ ਬੰਦਾ ਰਾਸਤਾ ਆਉਂਦਾ ਜਾਂ ਦੂਜਾ ਬੰਦਾ ਮੰਗਾ ਲਵੇ। ਇੱਕ ਆਈਡੀਆ ਜਾਂ ਰੱਖ ਦੋ ਵੀ ਇੰਨੇ ਕ ਕਿਲੋਮੀਟਰ ਤੱਕ ਕਰ ਦਾਂਗੇ। ਹਾਂ ਕੋਈ ਗੱਲ ਨਹੀਂ, ਜੇ 100 ਕਿਲੋਮੀਟਰ ਦੇ ਵਿੱਚ ਪਹੁੰਚ ਕਰ ਦਾਂਗੇ। ਆ 100 ਕਿਲੋਮੀਟਰ ਦੇ ਵਿੱਚ ਦੋਹਾਂ ਬੱਚੀਆਂ ਦੇ ਜਿਹੜੇ ਰੇਟ ਹੋਣਗੇ ਉਹਦੇ ਚ ਪਹੁੰਚ ਹੋ ਜੂਗੀ, ਛੋਟ ਛੱਪਾ ਕਰਕੇ ਥੋੜਾ ਬਹੁਤਾ ਹਨਾ। ਹਾਂਜੀ ਹਾਂ। ਤੇ ਬਾਕੀ ਇੱਥੋਂ ਆ ਗਏ ਗਹਿਰੀ ਲੰਬਾਈ ਲੰਬੂਈ ਦਿਖਾ ਦੇ ਇੱਥੋਂ। ਤੇ ਕਵਾਲਟੀ ਬੱਚੀ ਦੇ ਵਿੱਚ ਯਾਰ ਪੂਰੀ ਫੁੱਲ ਆ, 100 ਦੀ 100 ਹੀ ਆ। ਠੰਡੀ ਸੀਲ ਵੀ ਬਾਈ ਕਹਿੰਦਾ ਪੂਰੀ ਆ, ਕੋਈ ਗਰਮ ਸੁਭਾਅ ਵਾਲਾ ਸਿਸਟਮ ਨਹੀਂ ਇਹਦਾ। ਤੇ ਰੰਗ ਰੂਪ ਦੀ ਵੀ ਬਹੁਤ ਸੁਨੱਖੀ ਆ ਗਈ ਬੱਚੀ।
ਇਹ ਬਾਈ ਕਹਿੰਦਾ ਦੇਵਾਂਗੇ 55 ਦੀ 100 ਮੀਲ ਪਹੁੰਚ ਕਰ ਦਾਂਗੇ, ਛੋਟ ਛੱਪਾ ਉਹਦੇ 'ਚ ਕਰ ਦਾਂਗੇ। ਅਤੇ ਆ ਗਈ ਬਿਲਕੁਲ ਠੰਡੀ ਸੀਲ, ਅਤੇ ਥਾਣਾ ਜਿਹੜਾ ਥਣ ਕੱਲਾ ਕੱਲਾ ਲੱਗਿਆ, ਅਤੇ ਝੋਲ ਆਡਰ 'ਚ ਫੁੱਲਾ, ਅਤੇ ਹੁਣ ਮਾਰ ਦੇ ਗਾ ਜੀ 2 ਨੰਬਰ ਵਾਲੀ, ਅਤੇ ਪਹਿਲਾਂ ਠੰਡੀ ਸੀਲ ਹੀ ਦਿਖਿਆ ਜੀ। ਥੱਲੋਂ ਦੀ ਬਾਈ ਕਹਿੰਦਾ ਜਵਾਕ ਟੱਪੀ ਜਾਣੇ, ਇਹਦੇ ਕੋਈ ਐਡਾ ਸੀਨ ਨਹੀਂ ਹੈਗਾ। ਇਹਦਾ ਸੂਆ ਕਿਹੜਾ ਬਾਈ? ਇਹਦਾ ਵੀ ਦੂਜਾ ਜੀ। ਇਹ ਵੀ ਤੋਰ ਦੋ ਜੀ ਖੋਲ ਕੇ। ਇਹ ਕਿਹੜੀ ਨਸਲ ਚ ਆ ਗਈ ਜੀ? ਇਹ ਜਰਸੀ ਚ ਆ ਜੀ, 25% ਸਾਹੀਵਾਲ ਨਾਲ ਐਚ ਆ ਜੀ, ਕ੍ਰੋਸ ਆ। ਉਹ ਬੱਚੀ ਇਹ ਜਰਸੀ ਦੀ ਆ। ਠੀਕ ਆ ਜੀ। ਇਹ ਆ ਗਈ ਜਰਸੀ, ਤੇ ਇਹਦੀ ਇੱਕ ਹੋਰ ਉਹ ਆ ਗਈ। ਹਾਂਜੀ, ਇਹ ਜੋੜੀ ਆਈ ਵੀ ਇੱਕੋ ਹੀ ਘਰੋਂ ਆ। ਠੀਕ ਆ ਜੀ। ਉਹ ਬੰਦੇ ਬਾਹਰ ਵਗ ਗਏ, ਕੈਨੇਡਾ ਵਗ ਗਏ, ਬਕਾਇਦਾ ਵਿਚਾਰੇ ਕਹਿ ਕੇ ਵੀ ਗਿਆ, ਕਹਿੰਦੇ ਬਾਈ ਯਾਰ ਇਹੋ ਜਿਹੇ ਬੰਦੇ ਨੂੰ ਦਿਓ ਵੀ ਜਿਹੜੇ ਪੂਰੀ ਸਾਂਭ ਵਾਲੇ ਹੋਏ, ਸਾਂਭ ਸੰਭਾਲ ਕਰ ਰਹੇ, ਇਹਨਾਂ ਦੀ ਸੇਵਾ ਕਰਨ, ਕਹਿਣ ਦਾ ਭਾਵ ਸਾਰਾ ਪਰਿਵਾਰ ਹੀ ਕੈਨੇਡਾ ਵਗ ਗਿਆ। ਹਾਂ, ਤੇ ਇਹਨੂੰ ਘੁਮਾ ਦੇ, ਇਹਨੂੰ ਘੁਮਾ ਦੇ, ਆ ਗਲੀ ਗਲੀ 'ਚ ਤੋਰ ਦੇ ਲੰਬੀ ਮੜੀ। ਪਹਿਲਾਂ ਬੰਦਾ ਇੱਥੇ ਸਰਕਾਰੀ ਮਾਸਟਰ ਸੀ ਉਹ। ਠੀਕ ਆ ਜੀ। ਬਹੁਤ ਸ਼ੌਂਕ ਸੀ ਉਹਨੂੰ ਇੱਥੇ ਪਸ਼ੂ ਰੱਖਣ ਦਾ। ਸੂਆ ਬਾਈ ਕਹਿੰਦਾ ਇਹ ਵੀ ਦੂਜਾ ਸੂੰਦੀ ਆ, ਤੇ ਦਿਨ ਕੱਢਦੀ ਆ, ਤੇ ਬਾਡੀ ਬੂਡੀ ਦੀ ਇਹ ਵੀ ਚੰਗੀ ਆ, ਤੇ ਆਡਰ ਇਹ ਵੀ ਯਾਰ ਸੋਹਣਾ ਬਣਾਊਗੀ, ਸੋਹਣੀ ਸ਼ੇਪ ਬਣਾਊਗੀ ਆਡਰ ਦੀ ਪੂਰੀ। ਤੇ ਬਾਕੀ ਆ ਗਈ ਬਾਈ ਕਹਿੰਦਾ ਠੰਡੀ ਸੀਲ, ਜਿਵੇਂ ਮਰਜ਼ੀ ਜੇ ਜਵਾਕ ਇਹਦੇ ਥੱਲੋਂ ਦੀ ਲੰਘੀ ਜਾਣ। ਬਾਕੀ ਦਾ ਜਿਹੜਾ ਥਣ ਦਾ ਸਾਈਜ਼ ਹੈ, ਥਣ ਦਾ ਸਾਈਜ਼ ਵੀ ਬਹੁਤ ਸੋਹਣਾ ਹੈ, ਤੇ ਜਿਹੜੀ ਥਣ ਦੀ ਇਹਦੀ ਸ਼ੇਪ ਆ ਬਾਈ, ਸ਼ੇਪ ਵੀ ਬਾ ਕਮਾਲ ਆ, ਥੱਲਿਓਂ ਤਿੱਖਾ ਆ ਗਿਆ, ਮੋਟਾ ਆ ਗਿਆ, ਜੜ ਚੋਂ ਮਜ਼ਬੂਤ। ਤੋਰਦਿਆਂ ਇਹਨੂੰ ਇੱਥੋਂ ਘੁਮਾ ਲਾ ਬਾਈ, ਬਾਈ ਇੱਥੋਂ ਘੁਮਾ ਲਓ। ਸੂਆ ਦੂਜਾ ਇਹ ਕਿੰਨੇ ਕੁ ਦਿਨ ਕੱਢ ਦੂ ਜੀ? ਇੱਕ ਹਫ਼ਤਾ ਹੀ ਇਹਦਾ ਬਾਕੀ ਹੈ ਜੀ। ਇੱਕ ਹਫ਼ਤਾ ਕੱਢਦੀ ਹੈ ਜੀ। ਹਾਂਜੀ। ਇਹਦਾ ਕੀ ਰਿਕਾਰਡ ਰਿਹਾ ਦੁੱਧ ਦਾ? ਇਹਦਾ 18 ਕਿਲੋ ਪਲੋਣ ਦਾ ਦਿੱਤਾ ਹੋਇਆ ਜੀ। ਹਾਂ, ਇਹਦਾ ਆਰਡਰ ਦੀ ਝੋਲ ਵੀ ਦੱਸਦੀ ਆ ਨਾ, ਉਹਦੇ ਨਾਲ ਜ਼ਿਆਦੇ ਆ। ਹਾਂਜੀ, ਇਹਦਾ ਬਾਈ ਕਹਿੰਦਾ 17-18 ਕਿਲੋ ਦਾ ਰਿਕਾਰਡ ਆ। ਉਹ ਸਾਹੀਵਾਲ ਇਹ ਜਰਸੀ, ਇਹਦੇ ਚ ਕੁਆਲਿਟੀ ਵੀ ਵੱਧਦਾ ਜੀ ਉਹਦੇ ਨੂੰ। ਠੀਕ ਆ ਜੀ। ਇਹ ਠੰਡੀ ਵੀ ਥੋੜੀ ਜ਼ਿਆਦਾ ਹੋਊਗੀ। ਹਾਂਜੀ, ਇਹ ਸੁਭਾਅ 'ਚ ਠੰਡੀ ਵੀ ਜ਼ਿਆਦੇ ਆ ਥੋੜੀ ਜੀ। ਤੇ ਇੱਥੋਂ ਮਾੜੀ ਜੀ ਲੰਬੀ ਤੋਰ ਕੇ ਘੁਮਾ ਲਈ। ਸੂਆ ਆ ਗਿਆ ਦੂਜਾ, ਤੇ ਇਹ ਆ ਗਈ ਸੱਜਣੋ ਸਾਹੀਵਾਲ ਤੇ ਜਰਸੀ ਦਾ ਕ੍ਰੋਸ, 1 ਨੰਬਰ ਵਾਲੀ ਬੱਚੀ ਆ ਗਈ ਪਿਓਰ ਸਾਹੀਵਾਲ ਦੇ ਵਿੱਚ, ਜਿਹੜੀ ਆਪਾਂ ਤੁਹਾਨੂੰ ਦਿਖਾਈ ਆ। ਇਹਦੇ 'ਚ ਜਰਸੀ 75% ਆ ਜੀ, ਸਾਹੀਵਾਲ 25% ਐ ਮੰਨ ਲਓ, ਤੇ ਬਾਕੀ ਸੁਭਾਅ ਦੀ ਠੰਡੀ ਆ ਗਈ। ਤੇ ਦੁੱਧੇ ਦਾ ਤੁਹਾਨੂੰ ਪਤਾ ਹੀ ਆ ਵੀ ਫੈਂਟ ਪਰਸੈਂਟੇਜ ਇਹਨਾਂ ਦੀ ਮਤਲਬ ਜ਼ਿਆਦਾ ਹੀ ਹੁੰਦੀ ਆ, ਮੱਝਾਂ ਦੇੜ ਗੇੜੀ ਹੋ ਜਾਂਦੀ ਆ। ਹਾਂ, ਇੱਥੋਂ ਦਿਖਾ ਦਿੰਗੇ ਯਾਰੀ ਲੰਬਾਈ ਸਮਾਰ ਕੇ, ਕਮਾ ਲਓ ਜੀ ਇਹਨੂੰ। ਇਹਦਾ ਜੱਗੀ ਰੇਟ ਕੀ ਰਹੂਗਾ? ਇਹਨਾਂ ਦਾ ਫਿਕਸ ਪ੍ਰਾਈਜ਼ ਹੀ ਆ ਜੀ ਦੋਨਾਂ ਦਾ। ਬਸ ਕਿੰਨਾ ਕਿੰਨਾ? ਉਨਾ ਹੀ ਇਹਦਾ ਜੀ। ਉਨਾ ਹੀ ਇਹਦਾ 55-55। ਹਾਂ, 55 ਤੇ 55, 1,10,000 ਹੋ ਗਿਆ ਜੇ ਕਿਸੇ ਸੱਜਣ ਨੇ ਜੱਗੀ ਜੋੜੀ ਮੰਗਾਉਣਾ ਆਪਾਂ ਤੋਂ। ਹਾਂਜੀ, ਜੋੜੀ ਮੰਗਾ ਲਓ, ਕੋਈ ਗੱਲ ਨੀ ਜੀ, ਮਾਨ ਤਾਨ ਕਰ ਦਿਆਂਗੇ ਜੋੜੀ ਚੋਂ ਜੀ। 5,000 ਕਰ ਦਾਂਗੇ ਜੋੜੀ ਚੋਂ। ਹਾਂ ਜੀ, ਕਰ ਦਿਆਂਗੇ। ਹਾਂ, ਜੋੜਾ ਬਾਈ ਕਹਿੰਦਾ 1,00,000 ਤੇ 5,000 ਦਾ ਆਪਾਂ 100 ਮੀਲ ਦੇ ਘੇਰੇ 'ਚ ਪਹੁੰਚਾ ਦਾਂਗੇ। ਤੇ ਬਾਕੀ ਬੱਛੀਆਂ ਨਵੇਂ ਹਾਣ 'ਚ ਨੇ ਦੋਨੇ, ਤੇ ਮੇਨ ਗੱਲ ਆ ਸਭ ਤੋਂ ਜਿਹੜੀ ਸੁਭਾਅ ਦੀਆਂ ਨੇ, ਸੁਭਾਅ ਠੰਡਾ ਸੀਲ ਆ ਗਿਆ। ਤੇ ਇੱਥੋਂ ਦਿਖਾ ਦੇ ਗਰੀ, ਜਿਹੜਾ ਥਣ ਦਾ ਸਾਈਜ਼ ਆ ਜਾਂ ਥਣ ਦੀ ਸ਼ੇਪ ਹੈ ਉਹ ਬਾ ਕਮਾਲ ਹੈ, ਤੇ ਜਿਵੇਂ ਜਿਵੇਂ ਇਹ ਤਿਆਰ ਹੋਊਗੀ ਆਰਡਰ ਦੇ ਉੱਤੇ ਬਾਈ, ਨਾੜਾਂ ਦਾ ਜਾਲ ਬਣਾਊਗੀ ਇੱਕ ਬਹੁਤ ਵਧੀਆ। ਨੰਬਰ ਬੋਲਦੇ ਜੱਗੀ ਤੇਰਾ? 98-153-6107 ਜੀ। 98-153-6107 ਜੀ। ਹਾਂ, ਜਿਹੜਾ ਬੰਦਾ ਇਹ ਮੰਨ ਲਓ ਵੀ ਮੱਝ ਤੇ 1.5 ਲੱਖ ਰੁਪਇਆ ਲਾਉਣ ਨੂੰ ਫਿਰਦਾ ਹੈਗਾ, ਹਾਂਜੀ ਹਾਂਜੀ, ਉਹਨੂੰ 1,05,000 ਦੇ ਵਿੱਚ ਜੋੜੀ ਮਿਲ ਜੂਗੀ, 2 ਮੱਝਾਂ ਜਿੰਨਾ ਦੁੱਧ ਪਾ ਦੇਣਾ, 1 ਗਾਂ ਨੇ। ਠੀਕ ਹੈ ਜੀ। ਤੇ ਮੇਰਾ ਖਿਆਲ ਹੈ ਜੇ ਘਾਟਾ ਵਾਧਾ ਜਾ ਕਰਕੇ ਲਾ ਲਈ ਵੀ ਆਪਾਂ 30 ਕਿਲੋ ਦੇੜ ਗੇੜ ਕਰ ਦਾਂਗੇ। ਹਾਂਜੀ, ਖੁੱਲਾ ਆਰਾਮਦਾਰੀ ਦਾ ਜੀ। 18 ਕਿਲੋ ਜਿਹੜੇ ਪਲੋਣ ਨੇ ਦਿੱਤਾ ਹੋਇਆ ਜੀ, ਇਸ ਟਾਈਮ ਐ ਮੰਨ ਲਓ ਮੌਸਮ ਬਹੁਤ ਵਧੀਆ ਮੂਹਰੇ, ਜਿਹੜਾ ਆਹ ਮੌਸਮ ਆ ਨਾ, 8 ਮਹੀਨੇ ਗਾਂ ਨੂੰ ਦੁੱਧ ਵਾਲਾ ਮੌਸਮ ਹੀ ਆ। ਠੀਕ ਹੈ ਜੀ। ਆ ਨੰਬਰ ਬਾਈ ਹੋਰਾਂ ਦਾ ਮੈਂ ਵੀਡੀਓ ਚਲਾ ਦੂੰਗਾ, ਇਹਨਾਂ ਦੋਹਾਂ ਚੋਂ ਬਾਈ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ। ਧੰਨਵਾਦ ਜੀ।